ਉਹਦਾ ਗੰਗ ਵਾਲੇ ਦੇ ਨਾਂ 'ਤੇ ਚੱਲਦਾ ਜੀ। ਇੱਥੇ ਰਾਤ ਕੋਈ 1:00 ਅਤੇ 38-40 ਮਿੰਟ 'ਤੇ ਅੰਦਰ ਦਾਖਲ ਹੁੰਦਾ। ਪਹਿਲਾਂ ਬਾਹਰਲਾ ਲੋਕ ਤੋੜਿਆ ਗਿਆ ਮੇਨ, ਫਿਰ ਅੰਦਰੋਂ ਗੋਲਕ ਤੋੜੀ ਗਈ ਆ ਅਤੇ ਉਹਦੇ ਵਿੱਚੋਂ ਜਿਹੜਾ ਕੋਈ 50-60 ਹਜ਼ਾਰ ਰੁਪਈਆ ਜਿਹੜਾ ਉਹ ਲੈ ਗਿਆ। 1 ਘੰਟਾ ਪੂਰਾ ਅੰਦਰੋਂ ਜਿਹੜਾ ਵਾ ਉੱਥੇ ਆਪਦੀ ਜਿਹੜੀ ਉਹ ਕਾਰਵਾਈ ਕਰਦਾ ਰਿਹਾ। ਸਾਫ਼ ਮਿਲਣਾ ਚਾਹੀਦਾ ਸਾਰੇ ਥਾਂ, ਕੁਛ ਗੁਰੂ ਘਰ 'ਚ ਇਹ ਕੁਝ ਹੋ ਰਿਹਾ ਅਤੇ ਫਿਰ ਸਾਡੇ ਆਮ ਇਨਸਾਨ ਦਾ ਕੀ ਬਣੂਗਾ। ਨਹੀਂ ਜ਼ਿਆਦਾ ਤਾਂ ਨਸ਼ਾ ਕਾਰਨ ਹੀ, ਉਹਨਾਂ ਦਾ ਨਸ਼ਾ ਪੂਰਾ ਨਹੀਂ ਹੋ ਰਿਹਾ ਅਤੇ ਉਹਦੇ ਕਾਰਨ ਫਿਰ ਇਹਨਾਂ ਜਿਹੜਾ ਗੁਰੂ ਘਰ ਨੂੰ ਜਿਹੜਾ ਉਹ ਮੇਨ ਬਣਾ ਲਿਆ ਰੱਖਿਆ ਵਾ। ਬਹੁਤ ਜੀ ਬਹੁਤ, ਕੋਈ ਗੁਰਦੁਆਰਾ ਰਿਹਾ ਹੀ ਨਹੀਂ ਇੱਥੇ ਜੀ ਜਿਹਦੇ 'ਚ ਨਾ ਹੋਈ ਹੋਵੇ। ਨਗਰ ਚੌਧਰੀ ਵਾਲਾ ਸਾਡਾ ਇਤਿਹਾਸਿਕ ਗੁਰਦੁਆਰਾ, ਗੁਰਦੁਆਰਾ ਗੰਗ ਵਾਲਾ ਸਾਹਿਬ। ਇੱਥੇ ਰਾਤ ਨੂੰ ਬੰਦਾ ਇੱਕ ਦਾਖਲ ਹੋ ਗਿਆ, ਗੋਲਕ ਭੰਨੀ ਆ ਜੀ ਉਹਨੇ, ਸਮਥਿੰਗ 50-60 ਹਜ਼ਾਰ ਦੇ ਕਰੀਬ ਰੁਪਈਆ ਸੀ ਵਿੱਚ ਗੋਲਕ ਦੇ, ਉਹ ਕੱਢ ਕੇ ਲੈ ਗਏ। ਅਤੇ ਰਾਤ 1:58 'ਤੇ ਦਾਖਲ ਹੁੰਦਾ ਜੀ ਅਤੇ 2:42 'ਤੇ ਗੁਰਦੁਆਰਾ ਗੰਗ ਵਾਲੇ ਦੇ ਨਾਂ 'ਤੇ ਚੱਲਦਾ ਜੀ। ਇੱਥੇ ਰਾਤ ਕੋਈ 1:00 ਅਤੇ 38-40 ਮਿੰਟ 'ਤੇ ਅੰਦਰ ਦਾਖਲ ਹੁੰਦਾ। ਪਹਿਲਾਂ ਬਾਹਰਲਾ ਲੋਕ ਤੋੜਿਆ ਗਿਆ ਮੇਨ, ਫਿਰ ਅੰਦਰੋਂ ਗੋਲਕ ਤੋੜੀ ਗਈ ਆ ਅਤੇ ਉਹਦੇ ਵਿੱਚੋਂ ਜਿਹੜਾ ਕੋਈ 50-60 ਹਜ਼ਾਰ ਰੁਪਈਆ ਜਿਹੜਾ ਉਹ ਲੈ ਗਿਆ। 1 ਘੰਟਾ ਪੂਰਾ ਅੰਦਰੋਂ ਜਿਹੜਾ ਵਾ ਉੱਥੇ ਆਪਦੀ ਜਿਹੜੀ ਉਹ ਕਾਰਵਾਈ ਕਰਦਾ ਰਿਹਾ। ਸਾਫ਼ ਮਿਲਣਾ ਚਾਹੀਦਾ ਸਾਰੇ ਥਾਂ, ਕੁਛ ਗੁਰੂ ਘਰ 'ਚ ਇਹ ਕੁਝ ਹੋ ਰਿਹਾ ਅਤੇ ਫਿਰ ਸਾਡੇ ਆਮ ਇਨਸਾਨ ਦਾ ਕੀ ਬਣੂਗਾ। ਨਹੀਂ ਜ਼ਿਆਦਾ ਤਾਂ ਨਸ਼ਾ ਕਾਰਨ ਹੀ, ਉਹਨਾਂ ਦਾ ਨਸ਼ਾ ਪੂਰਾ ਨਹੀਂ ਹੋ ਰਿਹਾ ਅਤੇ ਉਹਦੇ ਕਾਰਨ ਫਿਰ ਇਹਨਾਂ ਜਿਹੜਾ ਗੁਰੂ ਘਰ ਨੂੰ ਜਿਹੜਾ ਉਹ ਮੇਨ ਬਣਾ ਲਿਆ ਰੱਖਿਆ ਵਾ। ਬਹੁਤ ਜੀ ਬਹੁਤ, ਕੋਈ ਗੁਰਦੁਆਰਾ ਰਿਹਾ ਹੀ ਨਹੀਂ ਇੱਥੇ ਜੀ ਜਿਹਦੇ 'ਚ ਨਾ ਹੋਈ ਹੋਵੇ। ਨਗਰ ਚੌਧਰੀ ਵਾਲਾ ਸਾਡਾ ਇਤਿਹਾਸਿਕ ਗੁਰਦੁਆਰਾ, ਗੁਰਦੁਆਰਾ ਗੰਗ ਵਾਲਾ ਸਾਹਿਬ। ਇੱਥੇ ਰਾਤ ਨੂੰ ਬੰਦਾ ਇੱਕ ਦਾਖਲ ਹੋ ਗਿਆ, ਗੋਲਕ ਭੰਨੀ ਆ ਜੀ ਉਹਨੇ, ਸਮਥਿੰਗ 50-60 ਹਜ਼ਾਰ ਦੇ ਕਰੀਬ ਰੁਪਈਆ ਸੀ ਵਿੱਚ ਗੋਲਕ ਦੇ, ਉਹ ਕੱਢ ਕੇ ਲੈ ਗਏ। ਅਤੇ ਰਾਤ 1:58 'ਤੇ ਦਾਖਲ ਹੁੰਦਾ ਜੀ ਅਤੇ 2:42 'ਤੇ ਇੱਥੋਂ ਨਿਕਲਦਾ ਜੀ। ਗੁਰਦੁਆਰਾ ਗੰਗ ਵਾਲੇ ਦੇ ਨਾਂ 'ਤੇ ਚੱਲਦਾ ਜੀ। ਇੱਥੇ ਰਾਤ ਕੋਈ 1:00 ਅਤੇ 38-40 ਮਿੰਟ 'ਤੇ ਅੰਦਰ ਦਾਖਲ ਹੁੰਦਾ। ਪਹਿਲਾਂ ਬਾਹਰਲਾ ਲੋਕ ਤੋੜਿਆ ਗਿਆ ਮੇਨ, ਫਿਰ ਅੰਦਰੋਂ ਗੋਲਕ ਤੋੜੀ ਗਈ ਆ ਅਤੇ ਉਹਦੇ ਵਿੱਚੋਂ ਜਿਹੜਾ ਕੋਈ 50-60 ਹਜ਼ਾਰ ਰੁਪਈਆ ਜਿਹੜਾ ਉਹ ਲੈ ਗਿਆ। 1 ਘੰਟਾ ਪੂਰਾ ਅੰਦਰੋਂ ਜਿਹੜਾ ਵਾ ਉੱਥੇ ਆਪਦੀ ਜਿਹੜੀ ਉਹ ਕਾਰਵਾਈ ਕਰਦਾ ਰਿਹਾ। ਸਾਫ਼ ਮਿਲਣਾ ਚਾਹੀਦਾ ਸਾਰੇ ਥਾਂ, ਕੁਛ ਗੁਰੂ ਘਰ 'ਚ ਇਹ ਕੁਝ ਹੋ ਰਿਹਾ ਅਤੇ ਫਿਰ ਸਾਡੇ ਆਮ ਇਨਸਾਨ ਦਾ ਕੀ ਬਣੂਗਾ। ਨਹੀਂ ਜ਼ਿਆਦਾ ਤਾਂ ਨਸ਼ਾ ਕਾਰਨ ਹੀ, ਉਹਨਾਂ ਦਾ ਨਸ਼ਾ ਪੂਰਾ ਨਹੀਂ ਹੋ ਰਿਹਾ ਅਤੇ ਉਹਦੇ ਕਾਰਨ ਫਿਰ ਇਹਨਾਂ ਜਿਹੜਾ ਗੁਰੂ ਘਰ ਨੂੰ ਜਿਹੜਾ ਉਹ ਮੇਨ ਬਣਾ ਲਿਆ ਰੱਖਿਆ ਵਾ। ਬਹੁਤ ਜੀ ਬਹੁਤ, ਕੋਈ ਗੁਰਦੁਆਰਾ ਰਿਹਾ ਹੀ ਨਹੀਂ ਇੱਥੇ ਜੀ ਜਿਹਦੇ 'ਚ ਨਾ ਹੋਈ ਹੋਵੇ। ਨਗਰ ਚੌਧਰੀ ਵਾਲਾ ਸਾਡਾ ਇਤਿਹਾਸਿਕ ਗੁਰਦੁਆਰਾ, ਗੁਰਦੁਆਰਾ ਗੰਗ ਵਾਲਾ ਸਾਹਿਬ। ਇੱਥੇ ਰਾਤ ਨੂੰ ਬੰਦਾ ਇੱਕ ਦਾਖਲ ਹੋ ਗਿਆ, ਗੋਲਕ ਭੰਨੀ ਆ ਜੀ ਉਹਨੇ, ਸਮਥਿੰਗ 50-60 ਹਜ਼ਾਰ ਦੇ ਕਰੀਬ ਰੁਪਈਆ ਸੀ ਵਿੱਚ ਗੋਲਕ ਦੇ, ਉਹ ਕੱਢ ਕੇ ਲੈ ਗਏ। ਅਤੇ ਰਾਤ 1:58 'ਤੇ ਦਾਖਲ ਹੁੰਦਾ ਜੀ ਅਤੇ 2:42 'ਤੇ ਇੱਥੋਂ ਨਿਕਲਦਾ ਜੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।